ਨਾਂ ਜੀ? ਸੁਖਮਿੰਦਰ ਸਿੰਘ। ਠੀਕ ਹੈ ਜੀ। ਪਿੰਡ ਕਟਾਣੀ ਕਲਾਂ, ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਜੀ। ਤੇ ਬਾਕੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰਟੀ ਪ੍ਰੋਡਕਟ ਹੈ ਜੀ, ਇਹਦੇ ਤੁਸੀਂ ਕਿਹੜੀ ਫਸਲ ਦੇ ਰਿਜ਼ਲਟ ਲਏ? ਇਹਦੇ ਕਿ ਝੋਨੇ 'ਚ ਪਾਇਆ ਜੀ ਇਹ। ਠੀਕ ਹੈ ਜੀ। ਝੋਨਾ ਹੈਗਾ 16 ਕਿੱਲੇ 'ਚ ਪਾਇਆ। ਠੀਕ ਹੈ ਜੀ। 2 ਕਿੱਲੇ 'ਚ ਜਾਣੀ ਡਾਈ ਨਹੀਂ ਪਾਇਆ ਜਮਾਂ ਜੀ। ਠੀਕ ਹੈ ਜੀ। ਬਾਕੀ ਡਾਈ ਅਸੀਂ ਪਾਇਆ 20-20 ਕਿੱਲੋ ਦਾ। 20-20 ਕਿੱਲੋ ਦਾ ਡਾਈ? ਹਾਂ। ਬਾਕੀ ਆਰਟੀ 300 ਗ੍ਰਾਮ ਕਿੱਲੇ ਦੀ ਪਾਈ ਹੈ। ਠੀਕ ਹੈ ਜੀ। ਬਾਕੀ ਤੁਹਾਨੂੰ ਉਹਦੇ ਵਧੀਆ ਰਿਜ਼ਲਟ ਮਿਲੇ ਜੀ? ਹਾਂ, ਝੋਨਾ ਦਾ ਜੇ ਵਧੀਆ ਖੜਿਆ, ਬਾਕੀ ਝਾੜ 'ਤੇ ਪਤਾ ਲੱਗੂਗਾ ਜੀ ਪਾਇਆ ਡਾਈ। ਠੀਕ ਹੈ ਜੀ। ਉਹ 'ਚ ਵੀ ਠੀਕ ਨਹੀਂ ਪਾਇਆ। ਠੀਕ ਹੈ। 2 ਕਿੱਲੇ 'ਚ ਅਸੀਂ ਪਾਇਆ ਨਹੀਂ ਜਮਾਂ ਡਾਈ। ਜਿਹੜੀ ਤੁਹਾਡੀ ਫਸਲ ਹੈ ਵੀ ਪਹਿਲਾਂ DAP ਨਹੀਂ ਪਾਉਂਦੇ? ਠੀਕ ਹੈ। ਵੀ ਮੰਨ ਲਓ ਜਿਵੇਂ ਇਹ ਸਟੇਜ 'ਤੇ ਹੈਗੀ ਆ ਹੁਣ ਫਸਲ, ਵੀ ਜਦੋਂ ਪਹਿਲਾਂ DAP ਨਹੀਂ ਪਾਇਆ ਸੀਗਾ, ਹੁਣ ਆਪਾਂ ਨੇ ਪਹਿਲਾਂ DAP ਪਾਤਾ ਸੀਗਾ, ਹੁਣ DAP ਨਹੀਂ ਪਾਇਆ, ਤੇ ਇਹਦੇ ਵਿੱਚ ਤੁਹਾਨੂੰ ਕੋਈ ਘਾਟ ਲੱਗ ਰਹੀ ਆ ਹੁਣ? ਉਹ 'ਚ ਕੋਈ ਜਿਹੜੀ ਹੁਣ ਸਟੇਜ 'ਤੇ ਖੜੀ ਆ, ਕੋਈ ਘਾਟ ਨਹੀਂ, ਕੋਈ ਦੋਨੇ ਜਿਵੇਂ ਇੱਕੋ ਜਿਹੀ ਖੜੀ? ਠੀਕ ਹੈ ਜੀ। ਬਿਲਕੁਲ ਪਾਇਆ, ਉਹ ਵੀ ਨਹੀਂ ਪਾਇਆ, ਉਹ ਵੀ ਜਾਣ ਕੇ ਗਰੋਥ ਪੂਰੀ ਉੱਚਾ ਪੂਰਾ ਬਣਾਇਆ ਜੀ। ਠੀਕ ਹੈ ਜੀ। ਇੰਨੀਆਂ ਗੱਲਾਂ ਕਰਦੇ ਹਾਂ।